ਮੇਰਾ ਵੀ ਸਾਰਾ ਪਿਆ ਇਹਦਾ ਵੀ ਅਕਾਊਂਟ ਦਾ ਪਿਆ ਜਿਹੜਾ ਸੀ ਨਾ ਉਹ ਲੁੱਟ ਕੇ ਲੈ ਗਈ ਆ ਕੌਣ ਲੁੱਟ ਕੇ ਲੈ ਗਈ ਘਰ ਵਾਲੀ ਉਹਨੂੰ ਬਜ਼ੁਰਗ ਦਾ ਤਰਸ ਨਾ ਆਇਆ ਕਿ ਉਹ ਇਸ ਕੰਡੀਸ਼ਨ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਇੱਕ ਦਿਨ 'ਤੇ ਪੈਸਾ ਲੱਗਣ ਡਿਆ ਸਰ ਪਚਾਸੀ ਸਾਲਾਂ ਦੇ ਬਜ਼ੁਰਗ ਨੂੰ ਉਸਦੀ ਪਤਨੀ ਧੋਖਾ ਦੇ ਗਈ ਉਸਦੀ ਪਤਨੀ ਦੀ ਉਮਰ 70 ਸਾਲ ਸੀ 4 ਲੱਖ ਰੁਪਏ ਲੈ ਕੇ ਫਰਾਰ ਹੋ ਗਈ ਹੈ ਹੁਣ ਬਜ਼ੁਰਗ ਬਿਮਾਰ ਜੋ ਕਿ ਹਸਪਤਾਲ ਦੇ ਵਿੱਚ ਦਾਖਲ ਸੀ ਉਹ ਸਿੱਧਾ ਸੀਪੀ ਦਫ਼ਤਰ ਪਹੁੰਚਿਆ ਥਾਣਿਆਂ ਦੇ ਗੇੜੇ ਕੱਟ ਰਿਹਾ ਹੈ ਕਿ ਉਸਦੀ ਪਤਨੀ ਨੂੰ ਕੋਈ ਲੱਭ ਦੇਵੇ ਕਿਉਂਕਿ ਪਤਨੀ ਤਾਂ ਭੱਜੀ ਪਰ ਨਾਲ 4 ਲੱਖ ਰੁਪਏ ਵੀ ਲੈ ਗਈ ਬਜ਼ੁਰਗ ਦਾ ਪੁੱਤਰ ਤੇ ਉਸਦੀ ਨੂੰਹ ਵੀ ਨਾਲ ਹੀ ਨੇ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਹਸਪਤਾਲ ਤੋਂ ਉੱਠ ਸਿੱਧਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚਿਆ ਪੀੜਿਤ ਬਜ਼ੁਰਗ ਜਿਸਦੀ 70 ਸਾਲਾਂ ਦੀ ਪਤਨੀ 4 ਲੱਖ ਰੁਪਏ ਲੈ ਕੇ ਫਰਾਰ ਹੋ ਗਈ ਹੈ ਬਜ਼ੁਰਗ ਦੇ ਮੁੰਡੇ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਕੁਝ ਦਿਨ ਪਹਿਲਾਂ ਉਹਨਾਂ ਦੇ ਬਾਪੂ ਨੂੰ ਬੈਂਕ ਲੈ ਕੇ ਗਈ ਸੀ ਬੈਂਕ ਦੇ ਵਿੱਚ ਧੋਖੇ ਦੇ ਨਾਲ ਸਾਈਨ ਕਰਾਏ ਗਏ ਬੈਂਕ ਦਾ ਖਾਤਾ ਟ੍ਰਾਂਸਫਰ ਕੀਤਾ ਗਿਆ ਤੇ ਸਾਰੇ ਪੈਸੇ ਹਾਲਾਂਕਿ FD ਤੱਕ ਤੁੜਵਾ ਲਈ ਗਏ FDਾਂ ਤੁੜਵਾ ਕੇ ਸਾਰੇ ਪੈਸੇ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਕੇ ਮਾਂ ਫਰਾਰ ਹੋ ਗਈ ਹੈ ਤੇ 85 ਸਾਲਾਂ ਦਾ ਪੀੜਿਤ ਬਜ਼ੁਰਗ ਹਸਪਤਾਲ ਦੇ ਵਿੱਚ ਦਾਖਲ ਹੈ ਉਸਦੀ ਹਾਲਤ ਬਹੁਤ ਨਾਜ਼ੁਕ ਹੈ ਪਰ ਉਹ ਫਿਰ ਵੀ ਆਪਣੀ ਪਤਨੀ ਨੂੰ ਲੱਭਣ ਦੇ ਲਈ ਕਚਹਿਰੀਆਂ ਦੇ ਗੇੜੇ ਕੱਟ ਰਿਹਾ ਹੈ CP ਦਫ਼ਤਰ ਜਾ ਰਿਹਾ ਹੈ ਆਓ ਬਜ਼ੁਰਗ ਦੇ ਮੁੰਡੇ ਦੇ ਕੋਲੋਂ ਅਤੇ ਉਸਦੀ ਨੂੰਹ ਦੇ ਕੋਲੋਂ ਹੀ ਜਾਣਦੇ ਹਾਂ ਕਿ ਪੂਰਾ ਮਾਮਲਾ ਕੀ ਹੈ ਸਰਦੂਲ ਸਿੰਘ ਸਰਦੂਲ ਜੀ ਅੱਜ ਕਿੱਥੇ ਪਹੁੰਚੇ ਆਪਾਂ ਕਿਹੜੀ ਜਗ੍ਹਾ ਤੇ ਆਏ ਇਹ ਆਪਾਂ ਕਮਿਸ਼ਨ ਦੇ ਪਹੁੰਚੇ ਹਾਂ ਕਾਹਦੇ ਵਾਸਤੇ ਕੀ ਹੋਇਆ ਕਿ ਤੁਹਾਡੇ ਨਾਲ ਮੇਰਾ ਵੀ ਸਾਰਾ ਪਿਆ ਇਹਦਾ ਵੀ ਅਕਾਊਂਟ ਦਾ ਪਿਆ ਜਿਹੜਾ ਸੀ ਨਾ ਉਹ ਲੁੱਟ ਕੇ ਲੈ ਗਈ ਆ ਕੌਣ ਲੁੱਟ ਕੇ ਲੈ ਗਈ ਘਰ ਵਾਲੀ ਨਾ ਕੀ ਉਹਨਾਂ ਦਾ ਚਰਨਜੀਤ ਚਰਨਜੀਤ ਕਿੰਨੀ ਦੇਰ ਤੁਹਾਡੇ ਨਾਲ ਵੀ ਆਈ ਸੀ ਮੈਨੂੰ ਕੋਈ 14-15 ਸਾਲ ਤੁਹਾਨੂੰ ਲੱਗਦਾ ਸੀ ਕਿ ਤੁਹਾਡੇ ਨਾਲ ਠੱਗੀ ਕਰ ਸਕਦੀ ਹੈ ਮੈਂ ਰਿਟਾਇਰ ਹੋ ਕੇ ਆਇਆ ਤੇ ਕਿਹੜੇ ਮਹਿਕਮੇ ਤੋਂ ਰਿਟਾਇਰ ਹੋਏ ਕਿਹੜੇ ਮਹਿਕਮੇ ਤੋਂ ਰਿਟਾਇਰ ਹੋਏ ਮੈਂ ਹੋਇਆ 1997 ਵਿੱਚ ਮਹਿਕਮਾ ਕਿਹੜਾ ਮਹਿਕਮਾ ਕਿਹੜਾ ਮਹਿਕਮੇ ਚੋਂ ਕਿੱਥੋਂ ਰਿਟਾਇਰ ਹੋਏ ਮਹਿਕਮਾ ਹੋਇਆ ਆਪਣਾ ਕੋਲੇ ਦੀ ਖਜ਼ਾਨ ਅੱਛਾ ਤੁਹਾਡੇ ਉੱਥੋਂ ਦੇ ਇਲਾਕੇ ਦੇ SHO ਨੇ ਕੋਈ ਹੱਲ ਨਹੀਂ ਕੀਤਾ ਤੁਹਾਨੂੰ ਇੱਥੇ ਕਿੰਨੇ ਭੇਜਿਆ ਇੱਥੇ ਸਾਨੂੰ ਹੁਣ ਕੀ ਮੰਗ ਹੈ ਤੁਹਾਡੀ ਮੰਗ ਆ ਵੀ ਮੇਰਾ ਲੋਕਰ ਪੈਸੇ ਉਹ ਮੇਰੀ ਬੈਂਕ ਚ ਭੇਜੀ ਨਾ ਵੀ ਤੁਹਾਡੀ ਉਮਰ ਕਿੰਨੀ ਹੈ ਨਾ ਮੈਂ ਕੇਸ ਕਰਦਾ ਹਾਂ ਤੇ ਨਾ ਮੈਂ ਕੇਸ ਦੀ ਚੀਜ਼ ਉਮਰ ਕਿੰਨੀ ਤੁਹਾਡੀ ਉਮਰ ਹੋ ਗਈ 84 ਦੇ ਲਗਭਗ ਮਨਪ੍ਰੀਤ ਕੌਰ ਮਨਪ੍ਰੀਤ ਜੀ ਕਿੱਥੋਂ ਆਏ ਹੋ ਆਪਾਂ ਸ਼ਿਆਟੇ ਤੋਂ ਕੀ ਹੋਇਆ ਕੀ ਮਸਲਾ ਸਰ ਮੈਂ ਇਹਨਾਂ ਦੇ ਨੌਵਾਂ ਮੇਰੇ ਪਾਪਾ ਜੀ ਦਾ ਬੈਂਕ ਬੈਲੈਂਸ ਸੀਗਾ 4 ਲੱਖ ਰੁਪਈਆ ਨਾਲ ਅਕਾਊਂਟ ਸੀਗਾ ਲੋਕਰ ਸੀਗਾ ਸੋਨੇ ਦਾ ਉਹਨਾਂ ਨੇ 16 ਤਰੀਕ ਦਾ ਪਾਪੇ ਨੂੰ ਲੈ ਕੇ ਗਏ ਕਿ ਤੁਹਾਡਾ ਜਿਹੜਾ ਟ੍ਰਾਂਸਫਰ ਕਰਾ ਦਿੰਦੇ ਸ਼ਿਆਟੇ ਤੁਹਾਡੇ ਕੋਲ ਉੱਥੇ ਨਹੀਂ ਜਾ ਜਾਂਦਾ ਮੇਰੇ ਸਾਸੂ ਮਾਂ ਅਤੇ ਲੈ ਕੇ ਗਏ ਮਤਾ ਇਹ ਆ ਸਾਡੇ ਉਹ ਤੀਜੀ ਥਾਂ 'ਤੇ ਆਏ ਆ ਅਤੇ ਮੇਰੇ ਨਾਲ ਤਾਂ ਸ਼ੁਰੂ ਤੋਂ ਜੋ ਮੈਂ ਵਿਆਹ ਕੇ ਆਈ ਇੱਦਾਂ ਹੀ ਰੂਡ ਸੀਗੇ ਮੇਰੇ ਨਾਲ ਚੰਗੀ ਤਰ੍ਹਾਂ ਨਾ ਬੋਲਦੇ ਨਾ ਕੁਛ ਵੀ ਮਤਲਬ ਮੇਰੇ ਨਾਲ ਨਹੀਂ ਉਹਨਾਂ ਦਾ ਕੋਈ ਲਿੰਕ ਮੈਨੂੰ ਕਹਿੰਦੇ ਤੂੰ ਕੌਣ ਹੁੰਨੀ ਸਾਡੇ ਇੱਥੇ ਬੋਲਣ ਵਾਲੀ ਜਾਂ ਕਿੱਦਾਂ ਇੱਦਾਂ ਹੀ ਮੇਰੇ ਨਾਲ ਬੋਲਦੇ ਆ ਅਤੇ ਉਹਨਾਂ ਨੇ 16 ਤਰੀਕ ਦਾ ਪਾਪੇ ਨੂੰ ਲੈ ਕੇ ਗਏ ਆ ਮੇਰੇ ਹਸਬੈਂਡ ਨੂੰ ਨਾਲ ਨਹੀਂ ਖੜਿਆ ਇਹਨਾਂ ਦੇ ਮੁੰਡੇ ਨੂੰ ਆਪੇ ਗਏ ਆ ਅਤੇ ਨੋਮਨੀ ਸੀਗਾ ਮੇਰਾ ਹਸਬੈਂਡ ਅਤੇ ਉਹਨਾਂ ਨੂੰ ਨਾਲ ਨਹੀਂ ਲੈ ਕੇ ਗਏ ਅਤੇ ਗਏ ਉੱਥੇ ਪਾਪੇ ਨੂੰ ਕਿਹਾ ਤੁਹਾਡਾ ਛਿਆਟੇ ਵਿੱਚ ਟ੍ਰਾਂਸਫਰ ਕਰਾ ਦਿੰਦੇ ਆਪਾਂ ਅਤੇ ਤੁਸੀਂ ਇੱਥੇ ਸੈਨ ਕਰ ਦਿਓ ਧੋਖੇ ਨਾਲ ਸੈਨ ਕਰਾ ਲਏ ਸਭ ਕੁਛ 17 ਤਰੀਕ ਨੂੰ ਆਪਣਾ ਨਿਊ ਅਕਾਊਂਟ ਖੁਲਾ ਕੇ ਉਹ 'ਚ ਟ੍ਰਾਂਸਫਰ ਕਰਾ ਲਿਆ ਬੈਂਕ ਵਾਲੇ ਵੀ ਨਾਲ ਰਲੇ 4 ਲੱਖ ਦਾ ਸਰ ਸਾਡੀ ਮੰਗ ਇਹੀ ਮੇਰੇ ਪਾਪਾ ਜੀ ਨੂੰ ਇਨਸਾਫ ਪੈਸੇ ਦਵਾਏ ਜਾਣ ਉਹਨਾਂ ਦਾ ਜੋ ਵੀ ਲੈ ਕੇ ਗਏ ਸਭ ਦਿੱਤਾ ਜਾਵੇ ਉਹਨਾਂ ਨੂੰ ਪਾਪਾ ਜੀ ਨੂੰ ਕੀ ਤਕਲੀਫ ਕੀ ਗਿਆ ਪਾਪਾ ਜੀ ਨੂੰ ਇੱਦਾਂ ਹੀ ਜ਼ਿਆਦਾ ਬਜ਼ੁਰਗ ਹੋ ਗਏ ਇੱਦਾਂ ਹੀ ਰਹਿੰਦੇ ਆ ਉੱਤੇ ਬਾਥਰੂਮ ਲੈਟਰਿੰਗ ਉੱਪਰ ਉੱਪਰ ਸਭ ਕੁਛ ਕਰਦੇ ਆ ਖਾਂਦੇ ਵੀ ਉੱਪਰ ਬੈੱਡ 'ਤੇ ਤੁਰਿਆ ਫਿਰਿਆ ਵੀ ਨਹੀਂ ਜਾਂਦਾ ਦਾਖਲ ਰਹੇ ਆ 10-20 ਦਿਨ ਤੇ ਹੁਣ ਵੀ ਕੱਲ ਛੁੱਟੀ ਦਵਾਈ ਉਹਨਾਂ ਨੂੰ ਸਾਰਾ ਮਹੱਲਾ ਗਵਾਹ ਵਾ ਮਹੱਲਾ ਸਾਡੇ ਨਾਲ ਆ ਅੱਛਾ ਤੁਸੀਂ SHO ਕੋ ਗਏ ਸੀ ਲੱਗ ਹਾਂਜੀ ਗਏ ਸੀਗੇ ਉਹਨਾਂ ਨੇ ਇੱਥੇ ਭੇਜਿਆ ਉਹਨਾਂ ਨੇ ਕਿਹਾ ਉੱਥੇ ਹਾਂਜੀ ਕਮਿਸ਼ਨ ਦੇ ਦਫ਼ਤਰ ਸੰਦੀਪ ਸਿੰਘ ਮੇਰਾ ਨਾਮ ਮੈਂ ਛਿਆਟੇ ਦਾ ਰਹਿਣ ਵਾਲਾ ਕੀ ਹੋਇਆ ਅੱਜ ਇੱਥੇ ਸਰ ਅੱਜ ਗੱਲ ਆ ਹੋਈ ਹੈ ਮੇਰੇ ਆ ਪਾਪਾ ਨੇ ਤੇ ਇਹਨਾਂ ਨੇ ਇਹ ਠੀਕ ਨਹੀਂ ਰਹਿੰਦੇ ਇਹਨਾਂ ਦੀ ਹਾਲਤ ਬਹੁਤ ਖਰਾਬ ਰਹਿੰਦੀ ਆ ਇਹਨਾਂ ਨੂੰ ਗੁਰਦਿਆਂ 'ਚ ਇਨਫੈਕਸ਼ਨ ਆ ਉੱਠ ਕੇ ਤੁਰ ਫੇਰ ਨਹੀਂ ਸਕਦੇ ਲੈਟਰਿੰਗ ਬਾਥਰੂਮ ਤੱਕ ਨਹੀਂ ਜਾ ਸਕਦੇ ਤੁਸੀਂ ਦੇਖ ਸਕਦੇ ਇਹਨਾਂ ਨੂੰ ਬਾਥਰੂਮ ਵਾਲੀ ਪੈਪ ਵੀ ਲੱਗੀ ਹੋਈ ਆ ਸਰ 16 ਤਰੀਕ ਨੂੰ ਇਹਨਾਂ ਦੀ ਵਾਈਫ ਇਹਨਾਂ ਨਾਲ ਬੈਂਕ ਲੈ ਕੇ ਗਈ ਲਾਰੈਂਸ ਰੋਡ ਇਹਨਾਂ ਦਾ ਬੈਂਕ ਸੀ ਇਹਨਾਂ ਨੇ ਕਿਹਾ ਹਾਂਜੀ
ते ए उन्हानु बैंक लैके गए आ। ये पापा चाहते ही कि मेरा अकाउंट अपना खंड वाले शिफ्ट हो जाए क्योंकि मेरे को इन्नी दूर नहीं जाया जाता। सर इन्नी क गल ही, ये बैंक गए इन्हों तो सैन करवाए गए आ, तो इन्ह का सारी रकम कढ़वा ली गई है। इन्ह दी एफ डी ही दो भी तड़वा लिया गई, सारे 4 लाख रुपया कढ़ा लिया गया। लाकर ही लाकर चो इन्ह के गहने ही नगद पैसे ही वह चलो इन्ह के हाथ से वो सानू मिले आ। बाकी जेड़ा 4 लाख रुपया ही इन्ह ने 16 तरीक नू कढ़ाया, 17 तरीक नू सर इन्ह ने अपना नवा अकाउंट खुलवा के ते ओ इन्ह ने अपना मतलब कि एफ डियां भी करवा लिया। सर दस्या तक नहीं मेरे पापा नू, सिर्फ इन्ना लगन दिया ही कि जेड़ी रकम आ वो मेरी शिफ्ट हो जूगी, अजे नहीं आई। मैं पापा नू पूछा सर कि पापा मैं एंट्री करवा के आवां बैंक च, ते इन्हां ने कहा पुत अजे आई नहीं है। सर जो मेरे हाथ कापी लगी जो मैं एफ डियां वेखियां, एफ डियां बैंक घर नहीं ही। सर जो मैं पूछा उन्होंने कहा कि मैं सारे पैसे कढ़ा ले आ, उन्होंने आप कबूल किया, तो उन्होंने कहा मैं एक पैसा वापस नहीं देना, जो मर्जी कर लो जिथे मर्जी चले जाओ। तो सर असी सियाड़े थाने भी गए हैं, इस हालत च बजुर्ग को नहीं तुरया जाना। कल सर अजे छुट्टी दवा के लिया मैं, सारे रिकॉर्ड है मेडिकल रिपोर्ट इन्हों की वेख लो तुम। उन्होंने सानू उन्होंने सीधा कहता तुम कमिश्नर चल जाओ, कमिश्नर ऑफिस चल जाओ, उतों जाके उन्होंने इन्ना तो सोचना चाहिए ही। बजुर्ग बंदा इनू कितने मैं लैके जाऊँगा, जे तुम नहीं इंसाफ देना उदा ना दो कोई गल नहीं सानू, उदा तुम फिर अंडे बंदे ताड़े सामने आ बंदा किदा मैं तू तू के इधर लिया दिया कि उन्होंने को नहीं तुरया जान दिया। सर इन्नी तो इंसानियत विखानी चाहिए, किसी को इंसानियत ही नहीं आ। एक जनी जेड़े पैसे लैके खा गई है ना, उन्होंने बजुर्ग का तरस ना आया कि वो इस कंडीशन उत्ते हज़ारों के हिसाब ना एक दिन तो पैसा लगन दिया। सर सर साड़ी इन्नी मंग है जेड़ा इन्हों के पैसे है इन्हों मिले वापस मिलन। साडे कमिश्नर साहब नूं भी यही दरखास्त आ, बस आप होर कुछ नहीं चाहते, जी बनती इन्हों पर कार्रवाई वो उन्होंने होनी चाहिए। नरेंद्र कौर ਪਾਪੇ ਨੂੰ ਗੋਲੀਆਂ ਉਲਟ ਪੁਲਟ ਦੇ ਗਏ, ਬੈਂਕ ਵਿੱਚ ਲੈ ਗਈ ਆ, ਉੱਥੋਂ ਝੂਠੇ ਸੱਚੇ ਸਾਈਨ ਕਰਾ ਲਏ, ਪਾਪੇ ਨੂੰ ਪਤਾ ਨਹੀਂ ਲੱਗਾ, ਉਲਟੀਆਂ ਪੁਲਟੀਆਂ ਪਾਪਾ ਮਾਰਦਾ ਸੀ, ਉੱਥੋਂ ਕਢਾ ਕੇ 17 ਤਰੀਕ ਨੂੰ ਇਹਨਾਂ ਨਿਊ ਕਰਾਇਆ। ਅੱਜ ਇਹਨਾਂ ਦੇ ਘਰ ਕੀ ਹੋਇਆ ਕਿ ਰੌਲਾ ਗਾਲਾ ਪਿਆ, ਇੱਦਾਂ ਦਾ ਸਾਡਾ ਸਗਾ ਬੇਟਾ ਉਹਦੇ ਹੱਥੀ ਕਾਪੀ ਲੱਗ ਗਈ ਆ, ਅੱਜ ਉਹਨਾਂ ਦੇ ਘਰੋਂ ਫੜਾਲ ਹੋ ਗਈ ਆ। ਜਦੋਂ ਸਾਰੀ ਗਲੀ ਨੇ ਪੁੱਛਿਆ ਵੀ ਬੀਬੀ ਪੈਸੇ ਕਿਉਂ ਤੂੰ ਇਹੋ ਜਿਹੀ ਚਲਾਕੀ ਖੇਡੀ ਆ, ਅੱਗੇ ਤੋਂ ਦੋ ਖਸਮ ਕਰਕੇ ਅੱਗੇ ਤੋਂ ਅੱਗੇ ਵੀ ਤੂੰ ਲੋਕਾਂ ਕੋਲ ਮੰਗ, ਉਹਨਾਂ ਕੋਲ ਹੈਸੇ ਲੈ ਆਈ ਆ। ਹੁਣ ਇਹ ਬਜ਼ੁਰਗ ਨੂੰ ਵੀ ਸਤਾਉਣ ਲੱਗ ਪਈ ਤੀਜੇ ਸਾਂ, ਪਰ ਇਹਦੀ ਬੇਟੀ ਮੈਨੂੰ ਅਤੇ ਇਹਦਾ ਜਵਾਈ ਅਤੇ ਇਹਦਾ ਦੋ ਧਾਰ ਵਾਲੇ ਨਾਲ ਜਿਹੜੇ ਪਹਿਲੇ ਸਭ ਤੋਂ ਪਹਿਲੇ ਟੱਬਰ 'ਚ ਇਹਦੇ ਦੋਵੇਂ ਪਿਛਲੇ ਖਸਮ ਵੀ ਜੀਂਦੇ ਜੋ। ਤੁਸੀਂ ਕੀ ਲੱਗਦੇ ਇਹਨਾਂ ਦੇ? ਅਸੀਂ ਗਵਾਂਢੀ ਹਾਂ ਜੀ, ਅਸੀਂ ਸਾਰੇ ਗਵਾਂਢੀ ਹਾਂ। ਸਾਡੀ ਇਹ ਮੰਗ ਹੈ ਵੀ ਇਹੋ ਜਿਹੀ ਜਨਾਨੀ ਮੁਹੱਲੇ 'ਚ ਨਹੀਂ ਰਹਿਣ ਦੇਣੀ ਹੈ, ਅਤੇ ਜੋ ਭਾਪੇ ਦਾ ਪੈਸਾ ਹੈ ਉਹ ਵਾਪਸ ਕੀਤਾ। ਇਹ ਜਨਾਨੀ ਜਿਹੜੀ ਕਲੰਕ ਆ, ਇਹ ਜਨਾਨੀ ਕਲੰਕ ਨੂੰ ਥੂ ਥੂ ਆ, ਬਸ ਇਹਦੀ ਕੁੜੀ ਨੂੰ ਵੀ ਥੂ ਥੂ ਆ।